अस्सलाम वालेकुम प्यारे दोस्तों, उम्मीद करता हूँ होंगे सब खरीयत से। ते मैं तुहाडे वास्ते लैके आना जानवरां दी वीडियो, ते अज भी माशाल्लाह बड़ी अच्छी वीडियो लैके आया वा। ते आ जाओ वीडियो वेखने आ, ते जे वीडियो अच्छी लगे तो मेरे चैनल नूं लाइक कर दो, सबसक्राइब कर दो, ते आ जाओ वीडियो वेखिए। चलो ए माशाल्लाह देसी डग्गा इहनूं आंदे ने, देसी डग्गा। ते मझां ने जनाब सारियां मझां ने शौक दियां रखियां ने, दुध थोड़ा देन या चोखा देन। माशाल्लाह जानवर तुसी चेक करो जानवर कैसे ने, जानवर इन्ना शौक दे रखे हुए ने, ते बड़े शौक नाल काम कर रहे ने जनाब। ते फिलहाल कारोबार दे लिहाज नाल नहीं कर रहे, अपने शौक दे लिहाज नाल कर रहे ने। ते मजीद उन्हां दा कहना भी असीं मजीद ना गा सोचांगे कारोबार दे बारे, गावां दे बारे सोच रहे ने। ते इन्हां ने जनाब है एक गां लैंदी है 3.5 लाख दी, ते तुहानूं गां वी विखाने आ। इन्हां दी पहली गां है, हुण ही शुरू करन लगे ने गावां दा काम। ते ओह जिहड़ी परली है उहनां दी पहलां दी घर दी वैड़ सी, ऐ उरली जिहड़ी इहनां ने 3.5 लाख दी लैंदी सूण वाली है जनाब। ते इहदे नाल इक वच्छी वी इहनां लैंदी है 1,30,000 दी, ਉਹ ਵੀ ਤੁਹਾਨੂੰ ਬਾਅਦ 'ਚ ਵਿਖਾਉਣਾ ਵਾ। ਅਤੇ ਮਾਸ਼ਾਅੱਲਾ ਚੈੱਕ ਕਰੋ, ਤੀਸਰੇ ਸੂਹੇ ਗਾਂ ਹੈ ਜਨਾਬ, ਸੂਣ ਵਾਲੀ ਹੈ, 7 ਮਹੀਨਿਆਂ ਦੀ ਗੱਭਣ ਹੈ, ਅਤੇ 3.5 ਲੱਖ ਦੀ ਆਈ ਜੇ। ਜ਼ਰਾ ਕਮੈਂਟ 'ਚ ਦੱਸਿਓ ਕਿ ਜਾਇਜ਼ ਮੁਨਾਸਿਬ ਰੇਟ ਹੈ ਕਿ ਵੱਧ ਘੱਟ। ਇਹ ਜਨਾਬ ਇਹਨਾਂ ਕੋਲ ਪਹਿਲਾਂ ਦੀ ਵੈੜ ਹੈ, ਅਤੇ ਇਸ ਜਗ੍ਹਾ 'ਤੇ ਪਹਿਲਾਂ ਦੀਵਾਰ ਹੁੰਦੀ ਸੀ, ਅਤੇ ਮੱਝਾਂ ਸਨ ਅਤੇ ਮੱਝਾਂ ਨੇ ਦੀਵਾਰ ਸੁੱਟ ਦਿੱਤੀ, ਅਤੇ ਹੁਣ ਇਹਨਾਂ ਨੇ ਇਹ ਪੈਪ ਲਾਏ ਨੇ ਜਨਾਬ। ਉਹ ਵੇਖੋ ਦੀਵਾਰ ਥੋੜ੍ਹੀ ਜਿਹੀ ਨਜ਼ਰ ਵੀ ਆ ਰਹੀ, ਅਤੇ ਹੁਣ ਜਨਾਬ ਇਹਨਾਂ ਨੇ ਲਾਈ ਹੈ, ਇਹ ਪੈਪ ਲਾਏ ਨੇ ਇੱਥੇ, ਇਹ ਜਨਾਬ ਇਹਨਾਂ ਨੇ ਸਿੜੀ ਬੰਨੀ ਹੋਈ ਹੈ ਇੱਥੇ। ਇਹਨਾਂ ਨੇ ਨਾ ਇੱਕ 11 ਫੁੱਟ ਦਾ ਵਾਇਆ, ਅਤੇ 11 ਫੁੱਟ ਦਾ ਜਿਵੇਂ ਇੱਧਰ 2 ਪੈਪ ਲੱਗੇ ਨਾ, ਉਸ ਤਰੀਕੇ ਦਾ ਦਰਵਾਜ਼ਾ ਇਹਨਾਂ ਬਣਾਇਆ ਵੀ ਤੁਹਾਨੂੰ ਵਿਖਾਉਣਾ ਹੁਣ। ਉਹ ਦਰਵਾਜ਼ਾ ਇੱਥੇ ਲਾਉਣਗੇ ਤਾਂ ਕਿ ਕੱਲ੍ਹ ਨੂੰ ਟਰਾਲੀ ਸ਼ਰਾਲੀ ਅੰਦਰ ਵਾੜਨ ਵਾਸਤੇ ਪਰੇਸ਼ਾਨੀ ਨਾ ਬਣੇ। ਅਤੇ ਬਾਕੀ ਜਨਾਬ ਮੱਝਾਂ ਵਾਲਾ ਵਾੜਾ ਸੀ, ਨਿੰਮ ਸੀ ਵਿੱਚ ਬੜੀ ਪਿਆਰੀ ਹੁੰਦੀ, ਜਿਸ ਦਿਨ ਦਾ ਵਾੜਾ ਬਣਿਆ ਮੱਝਾਂ ਨੇ ਨਿੰਮ ਹੀ ਸਕਾਰਤੀ ਛਿਲ ਛਿਲ ਕੇ। ਤੁਹਾਨੂੰ ਪਤਾ ਮੱਝਾਂ ਜਿਹੜੀਆਂ ਹੁੰਦੀਆਂ ਨੇ ਗੋਲ ਸ਼ੋਲ ਕਰਦੀਆਂ ਰਹਿੰਦੀਆਂ ਹਰ ਸ਼ਹਿਰ, ਦੀਵਾਰ ਵੀ ਸੱਟ ਦਿੱਤੀ ਨੇ ਅਤੇ ਨਿੰਮ ਵੀ ਸਕਾ ਦਿੱਤੀ ਨੇ। ਅਤੇ ਬਾਕੀ ਇਹ ਸ਼ੈੱਡ ਹੈ, ਅਤੇ ਉਹ ਠੀਕ ਹੈ ਨਿਜ਼ਾਮ, ਗਰਮੀਆਂ ਦਾ ਤੁਹਾਨੂੰ ਪਤਾ ਸ਼ੈੱਡ ਵਿੱਚ ਠੰਡਾ ਹੁੰਦਾ ਕੰਮ। ਅਤੇ ਬੜਾ ਜਨਾਬ ਇਹਨਾਂ ਦਾ ਸ਼ੌਕੀਆ ਜਿਹਾ ਮਾਹੌਲ ਹੈ, ਅਤੇ ਕੋਈ ਨਹੀਂ ਇੰਨਾ ਲੰਮਾ ਚੌੜਾ ਕੋਈ ਨਹੀਂ ਸਿਸਟਮ ਹੈ, ਬਸ ਸ਼ੌਕ ਦੇ ਡੰਗਰ ਨੇ, ਪੱਠੇ ਮਾਸ਼ਾਅੱਲਾ ਹਰੇ ਪਾ ਰਹੇ ਨੇ। ਅਤੇ ਬਾਕੀ ਇਹਨਾਂ ਨੇ ਅੱਜ ਝੋਟੀਆਂ ਕੋ ਪਾਈਆਂ ਨੇ, 9-10 ਝੋਟੀਆਂ ਲੈ ਕੇ ਆਏ ਨੇ। ਅਤੇ ਇਹ ਵੱਛੀ ਜਨਾਬ ਉਹਦੇ ਮਗਰ ਆਈ ਉਸ ਗਾਂ ਦੇ, 1,30,000 ਵਿੱਚ ਵੱਛੀ ਆਈ ਹੈ, 3.5 ਲੱਖ 'ਚ ਗਾਂ। ਅਤੇ ਨਸਲ ਚੈੱਕ ਕਰੋ ਜ਼ਰਾ ਝੋਟੀਆਂ ਕੈਸੀਆਂ ਨੇ ਪਿਆਰੀਆਂ, ਇਹ ਚੀਚਾ ਵਤਨੀ ਦੀ ਝੋਟੀ ਹੈ ਜਨਾਬ, ਅਤੇ ਇਹ ਵੀ ਮਾਸ਼ਾਅੱਲਾ ਗੱਬਣ ਹੈ, ਇਹ ਵੀ ਝੋਟੀ ਗੱਬਣ ਹੈ, ਇਹ ਇੱਕ ਵਿੱਚ ਫੰਡਰ ਆ, ਲੁੰਡੀ ਵੀ ਗੱਬਣ ਹੈ ਜਨਾਬ। ਇਹ ਇਹਨਾਂ ਕੋਲ ਪਿਛਲੇ ਸੂਹੇ ਸੂਈ ਸੀ, ਇਹਨਾਂ ਕੋਲ ਸੂਈ ਹੈ ਪਹਿਲਾ ਸੂਆ, ਅਤੇ ਅੱਗੋਂ ਫਿਰ ਗੱਬਣ ਹੈ, ਹੁਣ ਦੁੱਧ ਸ਼ੁੱਧ ਕੋਈ ਨਹੀਂ ਦਿੰਦੀ। ਉਹ ਕੱਟਾ ਜਨਾਬ ਇਹਨਾਂ ਰੱਖਿਆ ਹੋਇਆ ਇੱਕ, ਉਹ ਇਹੋ ਡੰਗਰ ਤਾਂ ਮੈਨੂੰ ਮਾਰਨ ਪੈ ਗਏ ਨੇ, ਬਾਹਰ ਹੀ ਨਿਕਲ ਚਲੀਏ। ਇਹ 2 ਜਾ ਨੇ ਜਨਾਬ, ਇਹ ਮੱਝਾਂ ਮਿਲਦੀਆਂ ਜਿਹੜੀਆਂ ਉਹਨਾਂ ਦੇ, ਇਹ ਇਹਨਾਂ ਇੱਕ ਪਿਆਰਾ ਜਿਹਾ ਬਿਊਟੀਫੁੱਲ ਜਿਹਾ ਜਾਨਵਰ ਰੱਖਿਆ ਹੋਇਆ ਜਨਾਬ। ਬਾਕੀ ਮੇਰੀ ਵੀਡੀਓ ਪਸੰਦ ਆਈ ਹੋਵੇ, ਵੀਡੀਓ ਨੂੰ ਲਾਈਕ ਸਬਸਕ੍ਰਾਈਬ ਚੈਨਲ ਨੂੰ ਕਰ ਦਿਓ, ਅਤੇ ਮੈਂ ਹਮੇਸ਼ਾ ਤੁਹਾਡੇ ਵਾਸਤੇ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦਾ ਰਹਾਂਗਾ, ਅੱਛੀਆਂ ਅੱਛੀਆਂ ਅਤੇ ਪਿਆਰੀਆਂ ਪਿਆਰੀਆਂ। ਅਤੇ ਤੁਹਾਡੇ ਪਿਆਰ ਮੁਹੱਬਤ ਨਾਲ ਹੀ ਇਹ, ਤੁਸੀਂ ਜਿੰਨਾ ਪਿਆਰ ਕਰੋਗੇ ਉਨੀਆਂ ਮੈਂ ਵੀਡੀਓ ਲਿਆ ਸਕਾਂਗਾ। ਠੀਕ ਹੈ ਜੀ, ਅਸਲਾਮ ਵਾਲੇਕੁਮ।